ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਇਆ ਹਮਲਾ। ਕਾਰ ਤੇ ਪੱਥਰ ਮਾਰ ਕੇ ਫਰਾਰ ਹੋਏ ਹਮਲਾਵਰ। ਜਲੰਧਰ ਮੀਟਿੰਗ ਤੋਂ ਵਾਪਸ ਆ ਰਹੇ ਬੀਜੇਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ ਤੇ ਟੋਲ ਪਲਾਜ਼ਾ ਦੇ ਕੋਲ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਕਾਰ ਤੇ ਪੱਥਰ ਮਾਰ ਕੇ ਹਮਲਾਵਰ ਨਾਲ ਦੀ ਨਾਲ ਫਰਾਰ ਹੋ ਗਏ। ਇਸ ਸੰਬੰਧੀ ਪੰਜਾਬ ਦੇ ਬੀਜੇਪੀ ਆਗੂ ਭੁਪੇਸ਼ ਅਗਰਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਸ਼ਵਨੀ ਸ਼ਰਮਾ ਨੂੰ ਸੁਰੱਖਿਆ ਲਈ ਪੁਲਿਸ ਫੋਰਸ ਵੀ ਦੇਣੀ ਚਾਹੀਦੀ ਹੈ। ਸਰਕਾਰ ਨੂੰ ਸਖ਼ਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਟਾਂਡਾ ਦੇ ਨੇੜੇ ਭਾਰਤੀ ਜਨਤਾ ਪਾਰਟੀ ਦੇ ਅਧਿਆਕਸ਼ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੇ ਉੱਤੇ ਜਾਨਲੇਵਾ ਜਿਹੜਾ ਹਮਲਾ ਹੋਇਆ ਹੈ, ਟੋਲ ਪਲਾਜ਼ਾ ਦੇ ਜਦੋਂ ਗੱਡੀ ਉਹਨਾਂ ਦੀ ਕ੍ਰੋਸ ਹੋਈ ਤਾਂ ਇਹ ਪੰਜਾਬ ਸਰਕਾਰ ਦੀ ਸਾਜ਼ਿਸ਼ ਦੇ ਨਾਲ ਇਹ ਜਿਹੜਾ ਹਮਲਾ ਹੋਇਆ, ਮੈਂ ਇਹਦੀ ਬੜੀ ਕੜੀ ਸ਼ਬਦਾਂ ਦੇ ਨਾਲ ਨਿੰਦਾ ਕਰਦਾ। ਸਾਰਿਆਂ ਨੂੰ ਪਤਾ ਜਿੱਥੇ ਜਿੱਥੇ ਟੋਲ ਪਲਾਜ਼ਾ ਨੇ ਕਿਸਾਨ ਉੱਥੇ ਵਰਗ ਧਰਨਿਆਂ ਤੇ ਬੈਠਾ ਔਰ ਉੱਥੇ ਪੁਲਿਸ ਦੀ ਮੌਜੂਦਗੀ ਨਾ ਹੋਣਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜਾ ਹੁੰਦਾ ਹੈ। ਜਦਕਿ ਹਰ ਧਰਨੇ ਦੇ ਬਾਹਰ, ਹਰ ਟੋਲ ਪਲਾਜ਼ਾ ਦੇ ਬਾਹਰ ਜਿੱਥੇ ਕਿਸਾਨ ਭਰਾਵਾਂ ਨੇ ਧਰਨਾ ਦਿੱਤਾ ਉੱਥੇ ਪੁਲਿਸ ਦਾ ਪੁਖਤਾ ਪ੍ਰਬੰਧ ਹੁੰਦਾ ਹੈ। ਇਹ ਕੋਈ ਤਹਿਤ ਇਹ ਸਾਜ਼ਿਸ਼ ਦੇ ਤਹਿਤ ਉੱਥੇ ਪੁਲਿਸ ਦਾ ਨਾ ਹੋਣਾ, ਇਹ ਜਿਹੜਾ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੇ ਉੱਤੇ ਜਾਨਲੇਵਾ ਹਮਲਾ ਬਹੁਤ ਹੀ ਇੱਕ ਪੰਜਾਬ ਸਰਕਾਰ ਵਾਸਤੇ ਸ਼ਰਮਨਾਕ ਘਟਨਾ ਹੈ। ਮੈਂ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ, ਭਾਰਤੀ ਜਨਤਾ ਪਾਰਟੀ ਵੱਲੋਂ, ਪਾਰਟੀ ਦੇ ਸਪੋਕਸਮੈਨ ਦੇ ਨਾਤੇ ਇਹ ਚੇਤਾਵਨੀ ਦੇਣਾ ਚਾਹੁੰਦਾ, ਇਹਨਾਂ ਗੁੰਡੇ ਅਨਸਰ ਦੇ ਉੱਤੇ ਕਾਬੂ ਪਾਇਆ ਜਾਵੇ ਔਰ ਇਹ ਬੇਲਗਾਮ ਘੋੜੇ ਜਿਹੜੇ ਸੜਕਾਂ ਦੇ ਉੱਤੇ ਗੁੰਡਾਗਰਦੀ ਕਰਨ ਲਈ ਆਏ ਨੇ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ। ਨਹੀਂ ਤਾਂ ਪੂਰੇ ਪੰਜਾਬ ਦੇ ਵਿੱਚ ਧਰਨਿਆਂ ਦਾ ਮਾਹੌਲ ਬਣੇਗਾ ਔਰ ਇਹ ਕੁਝ ਗੁੰਡਾ ਅਨਸਰ ਪੰਜਾਬ ਦੇ ਵਿੱਚ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਮੈਂ ਫਿਰ ਇੱਕ ਵਾਰ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਔਰ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਚੇਤਾਵਨੀ ਦਿੰਦਾ, ਤੁਰੰਤ ਇਸ ਗੁੰਡਿਆਂ ਦੇ ਉੱਤੇ ਕਾਬੂ ਪਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤੇ ਜਿਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਮਾਹੌਲ ਖਰਾਬ ਨਾ ਹੋਵੇ ਤੇ ਸਾਡੇ ਕਿਸਾਨ ਭਰਾਵਾਂ ਦੇ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਭਰਮ ਦੀ ਦੀਵਾਰ ਜਿਹੜੇ ਪੈਦਾ ਕਰ ਰਹੇ ਨੇ, ਇਹ ਕਿਸਾਨਾਂ ਨੂੰ ਬਦਨਾਮ ਕਰਨ ਦੀ ਜਿਹੜੇ ਇਹ ਸਾਜ਼ਿਸ਼ ਹੈ, ਇਹਦਾ ਪਰਦਾਫਾਸ਼ ਆਪਣੇ ਆਪ ਹੋਏਗਾ ਤੇ ਫਿਰ ਅਸੀਂ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਅਸੀਂ ਇੱਕ ਬੇਨਤੀ ਕਰਦੇ ਹਾਂ, ਸਾਡੇ ਅਸ਼ਵਨੀ ਸ਼ਰਮਾ ਜੀ ਪੰਜਾਬ ਦੇ ਪ੍ਰਧਾਨ ਨੂੰ ਜੈੱਟ ਸ਼੍ਰੇਣੀ ਦੀ ਸੁਰੱਖਿਆ ਦੇ ਕੇ ਉਹਨਾਂ ਦੇ ਸੁਰੱਖਿਆ ਕਵਚ ਬਣਾਇਆ ਜਾਵੇ ਤਾਂ ਕਿ ਮੁੜ ਗੁੰਡਾਗਰਦੀ ਦਾ ਉਹਨਾਂ ਤੇ ਕੋਈ ਹਮਲਾ ਕਰਨ ਵਾਲੇ ਦੀ ਹਿੰਮਤ ਨਾ ਹੋਵੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।